ਪਸ਼ੂ ਦੇ ਮੋਟਰਸਾਈਕਲ ਅੱਗੇ ਆਉਣ ਨਾਲ ਵਾਪਰੇ ਹਾਦਸੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਪੁੱਤਰ ਸਰਬਜੀਤ ਵਾਸੀ ਟੱਕ ਪੰਡੋਰੀ ਬੀਤੀ ਸ਼ਾਮ ਆਪਣੇ ਮੋਟਰਸਾਈਕਲ 'ਤੇ ਖਲਵਾੜੇ ਤੋਂ ਪਿੰਡ ਅਕਾਲਗੜ੍ਹ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਅਵਾਰਾ ਪਸ਼ੂ ਮੋਟਰਸਾਈਕਲ ਅੱਗੇ ਆਉਣ ਨਾਲ ਹਾਦਸਾ ਵਾਪਰ ਗਿਆ। ਸਿੱਟੇ ਵਜੋਂ ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ, ਜਿਸ ਨੂੰ ਤੁਰੰਤ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਫਗਵਾੜਾ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਹਰ ਪਾਸੇ ਦੇਖਣ ਨੂੰ ਮਿਲਦੀ ਹੈ, ਜਿਸ 'ਚ ਗਾਵਾਂ, ਬਲਦ, ਸਾਨ ਆਦਿ ਰਾਜਮਾਰਗਾਂ ਅਤੇ ਕੂੜੇ ਦੇ ਢੇਰ 'ਤੇ ਸ਼ਹਿਰ 'ਚ ਵੱਡੀ ਗਿਣਤੀ 'ਚ ਵੇਖੇ ਜਾ ਸਕਦੇ ਹਨ। ਇਹਨਾਂ ਅਵਾਰਾ ਪਸ਼ੂਆਂ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਗੱਲਬਾਤ ਕਰਦਿਆਂ ਸਮਾਜ ਸੇਵੀ ਸਰਬਰ ਗੁਲਾਮ ਸਭਾ ਨੇ ਕਿਹਾ ਕਿ ਦਿਨ ਪਰ ਦਿਨ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਭਰਮਾਰ ਵੱਧ ਰਹੀ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਤਾਂ ਜੋ ਇਹਨਾਂ ਦੀ ਭਰਮਾਰ ਨੂੰ ਘੱਟ ਕੀਤਾ ਜਾ ਸਕੇ। ਅੱਗੇ ਗੱਲਬਾਤ ਉਹਨਾਂ ਕਿਹਾ ਕਿ ਅਵਾਰਾ ਪਸ਼ੂ ਕਾਰਨ ਆਏ ਦਿਨ ਹਾਦਸੇ ਹੋਣ ਦਾ ਕਾਰਨ ਬਣਦਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਗੰਭੀਰਤਾ ਦਿਖਾਉਣ ਦੀ ਲੋੜ ਹੈ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਕੀ ਨਾਮ ਆਪਣਾ? ਅਜੇ ਕੁਮਾਰ। ਕਿੱਥੇ ਰਹਿਣ ਵਾਲੇ? ਇਹ ਕਿੱਦਾਂ ਸੱਟਾਂ ਲੱਗੀਆਂ? ਬ੍ਰੇਕ ਮਾਰੀ ਅਤੇ ਫਿਰ ਵੀ ਆ ਗਈ, ਤਾਂ ਉਹਦੇ ਵਿੱਚ ਹੋ ਜਾਵੇ ਉੱਪਰ ਦੀ ਨੰਬਰ ਤੋਂ ਹੁੰਦੇ ਆ ਤਿੰਨ ਵਾਰੀ ਤਾਂ ਬਾਜੀ ਹੋ ਗਏ ਆ, ਅਤੇ ਫਿਰ ਸੈੱਟ ਲੱਗੀ ਸ਼ਹਿਰ 'ਚ, ਅਤੇ ਫਿਰ ਨਹੀਂ ਪਤਾ ਵੀ ਹੋਸ਼ ਹੋ ਗਿਆ। ਅਤੇ ਮੇਰੇ ਨਾਲ ਦੇ ਜਿੱਦਾਂ ਉੱਥੇ ਅਕਾਲਗੜ੍ਹ ਦਾ ਮੁੰਡਿਆ, ਫਿਰ ਉਹ ਮੈਨੂੰ ਲੈ ਕੇ ਆਇਆ ਸਵੇਰੇ, ਮੇਰੇ ਕੋਲ ਸੀ ਤਾਂ ਪਤਾ ਲੱਗਾ ਜੀ। ਇਹ ਐਕਸੀਡੈਂਟ ਗਾਂ ਨਾਲ ਹੋਇਆ, ਗਾਂ ਅੱਗੇ ਆਉਣਾ, ਗਾਂ ਨੂੰ ਬਚਾਉਂਦੇ ਬਚਾਉਂਦੇ ਤੁਸੀਂ? ਸੋ ਰਾਤੀਂ ਇੱਕ ਮੁੰਡਾ ਜਿਹੜਾ ਆ ਉਹ ਖਲਵਾੜੇ ਤੋਂ ਅਕਾਲਗੜ੍ਹ ਨੂੰ ਜਾ ਰਿਹਾ ਸੀ, ਅਤੇ ਰਸਤੇ ਵਿੱਚ ਅਵਾਰਾ ਪਸ਼ੂ ਆਉਣ ਨਾਲ ਉਹਦਾ ਐਕਸੀਡੈਂਟ ਹੋ ਗਿਆ ਔਰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਦੇ। ਸੋ ਇਹ ਨਵੀਂ ਗੱਲ ਨਹੀਂ ਹੈ, ਪਹਿਲਾਂ ਵੀ ਬਹੁਤ ਸਾਰੇ ਹਾਦਸੇ ਜਿਹੜੇ ਆ ਇੱਥੇ ਹੋ ਚੁੱਕੇ ਆ। ਅਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਆ ਕਿ ਸਰਕਾਰ ਵੀ ਅਸਮਰੱਥ ਨਜ਼ਰ ਆ ਰਹੀ ਆ। ਸਰਕਾਰ ਲੋਕਾਂ ਕੋਲੋਂ ਗਊ ਦੀ ਸਾਂਭ ਸੰਭਾਲ ਲਈ ਜਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਜਿਹੜਾ ਸੈਸ ਵੀ ਲਾ ਰਹੀ ਆ, ਪਰ ਫਿਰ ਵੀ ਕੋਈ ਵੀ ਜਿਹੜਾ ਅੱਜ ਤਾਈਂ ਇੰਤਜ਼ਾਮ ਨਹੀਂ ਹੋ ਸਕਿਆ, ਕੋਈ ਵੀ ਐਸਾ ਸਿਸਟਮ ਨਹੀਂ ਬਣ ਸਕਿਆ ਕਿ ਇਹਨਾਂ ਦੀ ਸਾਂਭ ਸੰਭਾਲ ਲਈ ਇਹਨਾਂ ਨੂੰ ਕਿਤੇ ਕੋਈ ਨਾ ਕੋਈ ਇੱਦਾਂ ਦਾ ਇਹਨਾਂ ਦੀ ਜਗ੍ਹਾ ਮੁਹੱਈਆ ਕਰਾ ਕੇ ਉਹਨਾਂ ਨੂੰ ਇੱਕ ਜਗ੍ਹਾ ਰੱਖਿਆ ਜਾਵੇ। ਸੋ ਅਸੀਂ ਸਰਕਾਰ ਤੋਂ ਜਿੱਥੇ ਬੇਨਤੀ ਕਰਦੇ ਹਾਂ, ਉੱਥੇ ਸਮਾਜ ਸੇਵੀ ਜਥੇਬੰਦੀਆਂ ਜਿਹੜੀਆਂ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਮ ਸੇ ਕਮ ਸਰਕਾਰ ਕੋਲ ਜਿਹੜਾ ਪੈਸਾ ਜਮ੍ਹਾਂ ਹੋ ਰਿਹਾ ਉਸ ਪੈਸੇ ਨੂੰ ਹੀ ਨਾ ਲੈ ਕੇ ਕੋਈ ਨਾ ਕੋਈ ਇੱਦਾਂ ਦਾ ਸਿਸਟਮ ਬਣਾ ਲਿਆ ਜਾਵੇ ਤਾਂ ਕਿ ਜਿਹੜੀ ਲੋਕਾਂ ਦੀ ਜਿਹੜੀ ਜਾਨ ਦੀ ਰੱਖਿਆ ਹੋ ਸਕੇ। ਲੋਕਾਂ ਦੀ ਜਾਨ ਦੀ ਰੱਖਿਆ ਸਿਰਫ ਸੜਕ 'ਤੇ ਨਹੀਂ ਹੈ, ਤੁਸੀਂ ਆਮ ਵੀ ਦੇਖੋ ਤਾਂ ਦੁਕਾਨਾਂ ਦੇ ਮੂਹਰਿਓਂ ਅੱਠ ਅੱਠ ਦਸ 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 ਪਸ਼ੂ ਜਿਹੜੇ ਬੈਠ ਜਾਂਦੇ ਆ ਔਰ ਬੜੀ ਮੁਸ਼ਕਲ ਆਉਂਦੀ ਆ ਸਵੇਰੇ ਸਵੇਰੇ ਦੁਕਾਨਾਂ ਖੋਲ੍ਹਣ ਦੀ, ਕਿਉਂਕਿ ਉਹ ਝੁੰਡ ਦੇ ਝੁੰਡ 'ਚ ਆ ਕੇ ਬੈਠ ਜਾਂਦੇ ਆ, ਬਹੁਤ ਉਹਨਾਂ ਨੂੰ ਧੱਕੇਸ਼ਾਹੀ ਨਾ ਕਰਕੇ ਇੱਕ ਸਾਈਡ 'ਤੇ ਕਰਕੇ ਫਿਰ ਆਪਣੀਆਂ ਦੁਕਾਨਾਂ ਖੋਲ੍ਹਣੀਆਂ ਪੈਂਦੀਆਂ ਔਰ ਸਾਰਾ ਦਿਨ ਵੀ ਜਦੋਂ ਅੱਗੇ ਪਿੱਛੇ ਲੰਘਦੇ ਆ ਅਤੇ ਜਾਣ ਦਾ ਖੌਫ ਬਣਿਆ ਰਹਿੰਦਾ ਵੀ ਕਿਤੇ ਇੱਧਰ ਨੂੰ ਆ ਕੇ ਨਾ ਕੋਈ ਮਾੜੀ ਘਟਨਾ ਵਾਪਰ ਜਾਵੇ। ਸੋ ਅਸੀਂ ਸਾਰੀਆਂ ਜਿੱਥੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਧਰਲੇ ਪਾਸੇ ਧਿਆਨ ਜ਼ਰੂਰ ਦਿਓ, ਉੱਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਸੀਂ ਗਊ ਸੈਸ ਲਾਇਆ ਹੋਇਆ, ਹਰੇਕ ਚੀਜ਼ ਦੇ ਉੱਤੇ ਤੁਸੀਂ ਗਊ ਸੈਸ ਲੈ ਰਹੇ ਹੋ, ਉਸ ਪੈਸੇ ਨੂੰ ਸਹੀ ਯੂਟੀਲਾਈਜ਼ ਕਰਕੇ ਇਹਨਾਂ ਦੀ ਜਿਹੜੀ ਜਾਨਵਰਾਂ ਦੀ ਰੱਖਿਆ ਕੀਤੀ ਜਾਵੇ, ਉੱਥੇ ਇਨਸਾਨਾਂ ਦੀ ਵੀ ਜਿਹੜੀ ਰੱਖਿਆ ਉਹ ਹੋ ਸਕੇ। Subscribe now and press the bell icon. Never miss an update.